ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੀ ਸਿਵਸਲਾਹ ਦੇ ਪ੍ਰੋਗਰਾਮ ਏਕ ਓਂਕਾਰ ਵਿੱਚ ਆਪ ਜੀ ਦਾ ਸਵਾਗਤ ਹੈ ਸਤ ਸੰਗਤ ਜੀ ਅੱਜ ਦੇ ਧਰਮ ਵਿਚਾਰ ਦਾ ਵਿਸ਼ਾ ਹੈ ਕਰਨੋ ਹੋਤੋ ਸੋਨਾ ਕੀਓ ਭਰਿਓ ਲੋਭ ਕੇ ਫਨ ਨੌਵੇਂ ਪਾਤਸ਼ਾਹ ਸ਼੍ਰੀ ਗੁਰਤੇਜ ਬਾਦ ਸਾਹਿਬ ਜੀ ਵੱਲੋਂ ਚਾਰੇ ਅਗੇ ਸਬਦ ਦੀ ਪੰਕਤੀ ਤੇ ਅੱਜ ਅਸੀਂ ਵਿਚਾਰ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਗੁਰਮਤਿ ਪਚਾਰਕ ਜੈਵੇ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਇਸ ਤੋਂ ਪਹਿਲਾਂ ਅਸੀਂ ਆਜਾਤਿਆਂ ਜੀ ਧਰਮ ਵਿਚਾਰ ਕਰਨੋ ਹੋਤੋ ਸੋਨਾ ਕਿਉ ਭਰੇ ਲੋਕ ਕੇ ਪੰਧ ਅੰਜਸੇ ਤੋਂ ਵਿਚਾਰਾ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਜੈਵੀਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਸ ਪੰਕਤੀ ਦਾ ਅਰਥ ਜਾਨਣਾ ਚਾਹਾਂਗੇ ਸਭ ਤੋਂ ਪਹਿਲੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਸਤਗੁਰੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਰਾਗਾਂ ਵਿੱਚ ਬਾਣੀ ਜੀ ਸਮੁੱਚੀ ਬਾਣੀ 99 ਸਵਤ ਤੇ 57 ਸਲੋਕ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਸ਼ਲੋਕਾਂ ਦੇ ਵਿੱਚ ਜਿੱਥੇ ਮੇਰੇ ਸਤਿਗੁਰੂ ਜੀ ਨੇ ਹੋਰ ਅਨੇਕਾਂ ਹੀ ਉਪਦੇਸ਼ ਬਖਸ਼ਿਸ਼ ਕੀਤੇ ਹਨ ਉੱਥੇ ਨਾਲ ਅੱਜ ਦੇ ਸ਼ਲੋਕ ਦੀ ਇੰਨੀ ਮਹਾਨ ਵਿਚਾਰ ਵਿਵੇਕ ਵਿਚਾਰ ਬਖਸ਼ਿਸ਼ ਕੀਤੀ ਹੈ ਕਿ ਕਾਰਨੋ ਹੋ ਤੋਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਯੋਂ ਰੰਗ ਗਇਓ ਅਬ ਕਿਉਂ ਰੋਵਤ ਅੰਧ ਬੜੀ ਸੋਖੀ ਵਿਚਾਰ ਹੈ ਕਿ हे ਬੰਦੇ हे ਮਨੁਖ हे ਪ੍ਰਾਣੀ हे ਜੀਵ ਐ ਸੰਸਾਰ ਵਿੱਚ ਜੋ ਤੂੰ ਕੁਝ ਕਰਨ ਵਾਸਤੇ ਆਇਆ ਸੀ ਉਹ ਤੂੰ ਨਹੀਂ ਕੀਤਾ ਦੁਨੀਆਵੀ ਸੰਸਾਰ ਦੇ ਪਦਾਰਥਾਂ ਦੇ ਮੋਹ ਵਿੱਚ ਤੂੰ ਫਸ ਗਏ ਤੈ ਨਾਨਕ ਸਮਯੋਂ ਰਮ ਗयो हे ਨਾਨਕ ਇਹ ਸਮਾ ਰਮ ਜਾਏਗਾ ਭਾਉ ਤੇਰੇ ਸਵਾਸਾਂ ਦੀ ਗਿਣਤੀ ਮੁੱਕ ਜਾਏਗੀ ਸਮਾ ਤੇਰਾ ਕਦੇ ਵੀ ਤੇਰੇ ਕੋਲ ਨਹੀਂ ਰਹੇਗਾ ਫਿਰ ਤੈਨੂੰ ਅੰਤ ਵੇਲੇ ਪਛਤਾਣਾ ਪਵੇਗਾ ਸੋ ਸਾਥ ਸੰਗ ਸਮੂਚੇ ਸ਼ਲੋਕ ਦੇ ਵਿੱਚ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਰਕੇ ਦੁਨੀਆ ਨੂੰ ਇੱਕ ਸਾਂਝਾ ਉਪਦੇਸ਼ ਵਿਵੇਕ ਵਿਚਾਰ ਬਖਸ਼ਿਸ਼ ਕਰਨੀ ਚਾਹੁੰਦੇ ਹਨ ਉਹ ਇਹੀ ਹਨ ਕਿ ਕਰਨੋ ਹੋਤੋ ਸੁਨਾ ਕੀ ਹੁਣ ਸਭ ਤੋਂ ਪਹਿਲਾ ਸਵਾਲ ਇਹ ਹੈ ਸਤਗੁਰੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰੀ ਮਹਾਰਾਜ ਸਾਡੇ ਤੇ ਐਸੀ ਬਖਸ਼ਿਸ਼ ਕਰੋ ਕਿ ਅਸੀਂ ਦੁਨੀਆਂ ਵਿੱਚ ਕਰਨ ਕੀ ਆਏ ਹਾਂ ਕਿਉਂਕਿ ਹੈਰਾਨੀ ਵੀ ਹੁੰਦੀ ਹੈ ਅਫਸੋਸ ਵੀ ਹੁੰਦਾ ਤੇ ਦੁੱਖ ਵੀ ਹੁੰਦਾ ਹੈ ਕਈਆਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਦੁਨੀਆਂ ਵਿੱਚ ਕਰਨ ਕੀ ਆਏ ਹਾਂ ਤੇ ਗੁਰਬਾਣੀ ਦੇ ਵਿਚਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੁਕਾਰ-ਪੁਕਾਰ ਕੇ ਬੇਨਤੀਆਂ ਕੀਤੀਆਂ ਹਨ ਕਿ ਐਸ ਇਨਸਾਨ ਸੰਸਾਰ ਵਿੱਚ ਤੂੰ ਕੀ ਕਰਨ ਆਇਆ ਹੈ ਸਭ ਤੋਂ ਸੋਖਾ ਵਿਚਾਰ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦਾ ਹੈ ਉਹ ਕੀ ਹੈ ਕਿ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲਚ ਬਿੜਾ ਜਨਮ ਪਰਾਨੀ ਹੈ ਬੰਦੇ ਤੂੰ ਦੁਨੀਆਂ ਵੀ ਜੇਕਰ ਸੱਚ ਪੁੱਛਦਾ ਹੈ ਤੇ ਦੁਨੀਆਂ ਵੀ ਤੂੰ ਆਇਆ ਸੀ ਵਾਹਿਗੁਰੂ ਦੀ ਬਾਣੀ ਨੂੰ ਸੁਣਨ ਵਾਸਤੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਵਾਸਤੇ ਤੂੰ ਆਇਆ ਸੀ ਬਰਾਬ ਅਫਸੋਸ ਇਸ ਗੱਲ ਦਾ ਹੈ ਨਾਮ ਵਿਸਾਰ ਲਗੈ ਅਨ ਲਾਲਜ ਅੰਦਰ ਥੁੰਦਾ ਹੋਰ ਵਾਹਿਗੁਰੂ ਦੇ ਨਾਮ ਨੂੰ ਕਿਉਂਕਿ ਗੱਲ ਚਲਦੀ ਪਈ ਹੈ ਕਰਨੋ ਹੋ ਤੋ ਸੋ ਨਾ ਕੀਓ ਜੋ ਸੰਸਾਰ ਵਿੱਚ ਅਸੀਂ ਕਰਨ ਆਏ ਸੀ ਉਹ ਨਹੀਂ ਕੀਤਾ ਸੋ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬੇਨਤੀ ਇਸ ਵਾਸਤੇ ਕੀਤੀ ਹੈ ਕਿ ਮਨੁੱਖ ਜੇਕਰ ਤੈਨੂੰ ਅਜੇ ਵੀ ਇਸ ਗੱਲ ਦੀ ਜਾਗ ਨਾ ਆਈ ਤੈਨੂੰ ਐ ਸੰਸਾਰ ਵਿੱਚ ਰਹਿ ਕੇ ਇਸ ਗੱਲ ਦਾ ਅਹਿਸਾਸ ਨਾ ਹੋਇਆ ਕਿ ਮੈਂ ਦੁਨੀਆਂ ਵਿੱਚ ਕਰਨ ਕੀ ਆਇਆ ਹਾਂ ਮੇਰਾ ਦੁਨੀਆਂ ਵਿੱਚ ਆਉਣ ਦਾ ਮਕਸਦ ਕੀ ਹੈ ਮਨੋਰਥ ਕੀ ਹੈ ਕਿਉਂਕਿ ਕਦੇ ਵੀ ਮਨੁੱਖ ਨੂੰ ਇਹ ਗੱਲ ਨਹੀਂ ਵਿਸਾਰਨੀ ਚਾਹੀਦੀ ਜਿਹੜੀ ਗੱਲ ਅਸੀਂ ਰੋਜ਼ ਪੜ੍ਹਦੇ ਹਾਂ ਜਾ ਕੋ ਵਾਏ ਸੋਈ ਬਿਹਾਜੋ ਕਿਉਂਕਿ ਗੱਲ ਚੱਲਦੀ ਪਈ ਹੈ ਕਰਨੋਂ ਹੋਤੋ ਸੋ ਨਾ ਕੀਓ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਸ਼ਲੋਕਾਂ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਗੁਰਮੁਖੋ ਮੁੜ-ਮੁੜ ਕੇ ਇਹੀ ਬੇਨਤੀਆਂ ਕਰਨੀਆਂ ਚਾਹੁੰਦੇ ਹਨ ਕਿ ਮਨੁੱਖ ਤੇਰੇ ਕੋਲ ਸਮਾਂ ਬੜਾ ਸੀਮਤ ਹੈ ਜ਼ਿੰਦਗੀ ਤੇਰੀ ਬੜੀ ਕੀਮਤੀ ਹੈ ਜੇਕਰ ਚਾਹੁੰਨਾ ਹੈ ਕਿ ਮੇਰਾ ਜੀਵਨ ਸਫਲਾ ਹੋ ਸਕੇ ਮੇਰਾ ਇਹ ਲੋਕ ਤੇ ਪਰਲੋਕ ਸਵਰ ਸਕੇ ਤੇ ਤੈਨੂੰ ਜ਼ਰੂਰ ਇਸ ਗੱਲ 'ਤੇ ਧਿਆਨ ਦੇਣਾ ਪਵੇਗਾ ਕੀ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਕਿਉਂਕਿ ਸਾਥ ਸੰਗਤ ਗਲ ਚਲਦੀ ਪਈ ਹੈ ਕਰਣੋ ਹੋ ਤੋ ਸੁਨਾ ਕਿਉ ਸੁਮਾਰਾ ਕੀ ਕਹਿ ਰਹੇ ਹਮ ਕੀ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਓਦ ਬਿਹਾਰ ਹੈ ਫੂਟੇ ਘੜ ਜੋ ਪੜਨ ਤੇ ਮੇਰੇ ਸਤਿਗੁਰੂ ਨੇ ਹੋਰ ਬਖਸ਼ਿਸ਼ ਕੀਤੀ ਕਹਿਣ ਲਗੇ ਸਾਧੋ गोबिंद के गुण गावो मानस जनम अमोलक पायो बिड़था काहे गवावो क्योंकि देखो गुरु तेग बहादुर साहिब जी महाराज सच्चे सतगुरु जी दीयां पासीसा ले रहे हां उन आदि वाणी दी विचार assi करदे पए हां ते साथ संगत सतगुरु जी दी वाणी दी विचार सतगुरु जी दी वाणी विचों ही हो जाएगी किन्ने शब्द ऐसे हं 30 शब्दों दे विच ਕਿਉਂਕਿ ਜੇਕਰ 59 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਵਾੜ ਤੇਗ ਬਹਾਦਰ ਸਾਹਿਬ ਜੀ ਦੇ ਹਨ ਤੇ ਆਪ ਜੀ ਕਦੇ ਗਿਣਤੀ ਕਰਕੇ ਵੇਖਣਾ ਵਿਚਾਰ ਕਰਕੇ ਵੇਖਣਾ 30 ਸ਼ਬਦਾਂ ਦੇ ਵਿੱਚ ਮੁੜ ਮੁੜ ਕੇ ਇਹੀ ਬੇਨਤੀਆਂ ਕੀਤੀਆਂ ਹਨ ਮਨੁੱਖ ਤੂੰ ਸੰਸਾਰ ਵਿੱਚ ਕੁਝ ਕਰਨ ਆਇਆ ਹੈ ਹੈ ਮਨੁੱਖ ਤੇਰੀ ਜਿਹੜੀ ਜੀਵਨ ਯਾਤਰਾ ਹੈ ਜੇਕਰ ਤੂੰ ਸਫਲੀ ਨਾ ਕੀਤੀ ਤੇ ਅੰਤ ਨੂੰ ਪਛਤਾਵੇਂਗਾ ਰੱਬ ਦਾ ਨਾਮ ਜਪਣ ਦੀ ਗੱਲ ਜੋ ਐ ਸੰਸਾਰ ਵੀ ਸਾਡਾ ਆਣ ਦਾ ਮਕਸਦ ਹੈ ਮਨੋਰਥ ਹੈ ਕਿਉਂਕਿ ਵਿਚਾਰ ਹੀ ਹੈ ਕਰਨੋ ਹੋ ਤੋ ਸੁ ਨਾ ਕੀਓ ਤੇ ਤਾਈ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਨ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔ ਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਇਹ ਸ਼ਬਦ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿਉਂਕਿ ਆਪ ਜੀ ਨੂੰ ਜਿਸ ਤਰ੍ਹਾਂ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜਿਹੜੇ ਸ਼ਬਦ ਹਨ ਉਹ ਕਿਸੇ ਰਾਗ ਵਿੱਚ ਇੱਕ ਹੈ ਕਿਸੇ ਵੀ ਦੋ ਹਨ ਤਿੰਨ ਹਨ ਚਾਰ ਹਨ ਪਰ ਸਭ ਤੋਂ ਵੱਧ ਸ਼ਬਦ ਸੋਰਠ ਰਾਗ ਦੇ ਵਿੱਚ 12 ਸ਼ਬਦ ਹਨ ਤਨਾਸੀ ਰਾਗ ਦੇ ਵਿੱਚ 9 ਸ਼ਬਦ ਹਨ ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ 31 ਰਾਗ ਹਨ 31 ਰਾਗਾਂ ਦੇ ਵਿੱਚ ਜਿਹੜਾ 31ਵਾਂ ਰਾਗ ਹੈ ਉਹ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਹੈ ਜੀ ਦੇ ਵਿੱਚ ਚਾਰ ਸ਼ਬਦ ਮੌਜੂਦ ਹਨ ਤੇ ਪਹਿਲਾ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਕਿੰਨੇ ਪਿਆਰੇ ਵਿਚਾਰ ਹਨ ਕਿ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ ਕਿ हे ਬੰਦੇ ਤੇਰਾ ਇਹ ਜੀਵਨ ਬੇਅਰਥ ਚਲਾ ਜਾਵੇਗਾ ਜੇਕਰ ਤੂੰ ਸਮਾਂ ਕਰੜ ਕੇ ਰੱਬ ਦੀ ਭਗਤੀ ਬੰਦਗੀ ਆਰਾਧਨਾ ਇਬਾਦਤ ਨਾ ਨ ਕੀਤੀ ਜੀ ਵਾਹਿਗੁਰੂ ਦਾ ਸਿਮਰਨ ਨਾ ਨ ਕੀਤਾ ਪਛਤਾਵੇਂਗਾ ਸੋ ਦੋਵੇਂ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ हे ਦੀਨ ਦੁਨੀਆਂ ਦੇ ਮਾਲਕਾ 9ਵੇਂ ਗੁਰੂ ਨਾਨਕ ਹਿੰਦੂ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਸਤਗੁਰੂ ਜੀਓ ਸਾਡੇ ਤੇ ਬਖਸ਼ਿਸ਼ਾਂ ਕਰੋ ਸਾਨੂੰ ਇਹ ਗੱਲ ਹਮੇਸ਼ਾ ਯਾਦ ਰਹੇ ਕਿ ਕਰਨੋਂ ਹੋਤੋਂ ਸੁਣਨਾ ਕੀਉ ਜੀ ਮਹਾਰਾਜ ਜੋ ਅਸੀਂ ਕਰਨ ਆਏ ਸੀ ਉਹ ਅਸੀਂ ਨਹੀਂ ਕੀਤਾ ਜਿਸ ਕੰਮ ਦਾ ਸਾਡਾ ਜਿਹੜਾ ਸਾਡਾ ਅਸਲ ਮਨੋਰਥ ਸੀ ਅਸੀਂ ਉਹਨੂੰ ਭੁੱਲ ਹੀ ਬੈਠੇ ਆ ਪਰ ਅਫਸੋਸ ਇਸ ਗੱਲ ਦਾ ਹੈ ਗੁਰਬਾਣੀ ਦੇ ਵੀ ਸਮੂਚੇ ਗੁਰੂਆਂ ਨੇ ਪੁਕਾਰ ਪੁਕਾਰ ਕੇ ਬੇਨਤੀਆਂ ਕੀਤੀਆਂ ਹਨ ਕਿਉਂਕਿ ਸਾਧ ਸੰਗਤ ਕੋਈ ਡੂੰਗੀ ਵਿਚਾਰ ਕਰਨ ਦੀ ਬਿਲਕੁਲ ਲੋੜ ਨਹੀਂ ਪੈਂਦੀ ਸੋਖੀਆਂ ਵਿਚਾਰਾਂ ਨਾਲ ਹੀ ਲੜੀ ਜੁੜ ਜਾਂਦੀ ਹੈ ਤੇ ਇਹ ਕਾਮ ਮਨੁੱਖ ਨੂੰ ਵੀ ਸੋਜੀ ਪੈ ਜਾਂਦੀ ਕਿੰਨੇ ਪਿਆਰੇ ਬੋਲ ਤੁਹਾਨੂੰ ਸਭ ਨੂੰ ਯਾਦ ਹੋਣਗੇ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ ਜੀ ਕਿਉਂਕਿ ਕਰਣੋ ਹੋਤੋ ਸੋ ਨਾ ਕੀਓ ਦੇਖੋ ਵਿਸ਼ੇ ਨੂੰ ਨਹੀਂ ਛੱਡਣਾ ਇੱਕ ਵਿਸ਼ੇ ਨੂੰ ਲੈ ਕੇ ਤੁਸੀਂ ਚੱਲੋਗੇ ਤਾਂ ਹੀ ਗੱਲ ਪੂਰੀ ਸਮਝ ਆਉਂਦੀ ਹੈ ਤੇ ਜੇਕਰ ਤੁਸੀਂ ਵਿਸ਼ੇ ਤੋਂ ਵੱਖ ਹੋ ਜਾਓ ਤੇ ਇਹ ਕਾਮ ਸ਼ਰਧਾਲੂ ਨੂੰ ਜਿਹੜਾ ਧਿਆਨ ਨਾਲ ਬਾਣੀ ਦੀ ਵਿਚਾਰ ਨੂੰ ਸੁਣਦਾ ਹੁੰਦਾ ਹੈ ਉਹਨੂੰ ਗੱਲ ਪੂਰੀ ਸਮਝ ਨਹੀਂ ਆਉਂਦੀ ਸੋ ਹੱਥ ਜੋੜ ਕੇ ਇਹੀ ਬੇਨਤੀ ਹੈ ਅਸੀਂ ਆਪਣਾ ਵਿਸ਼ਾ ਨਹੀਂ ਛੱਡਦਾ ਸਾਡਾ ਵਿਸ਼ਾ ਚੱਲਦਾ ਪਏ ਕਰਣੋ ਹੋਤੋ ਸੋ ਨਾ ਕੀਓ ਪਾ ਦੇਉ ਲੋਭ ਕੈ ਬੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਸ਼ਲੋਕਾਂ ਵਿੱਚ ਬਖਸ਼ਿਸ਼ ਕਰਦੇ ਪਏ ਹਨ ਕਿ हे ਮਨੁਖੇ ਪ੍ਰਾਣੀ हे ਜੀਵ हे ਭਾਈ ਸਮਾ ਕਰੜ ਕੇ ਵਾਹਿਗੁਰੂ ਦੇ ਚਰਨਾਮੇਚੇ ਕੜਦਾਸ ਕਰ ਕੀ ਕਰਨੀ ਕਿ ਆਏ ਅਨਿਕ ਜਨਮ ਬ੍ਰਹਮ ਸਰਣੀ ਉਦਾਰ ਦੇਹੇ ਅੰਧ ਕੂਪ ਤੇ ਲਾਵੋ ਆਪਣੀ ਚਰਨੀ ਕਿਉਂਕਿ ਕਰਨੋ ਹੋਤੋ ਸੋ ਨਾ ਕੀਓ हे ਵਾਹਿਗੁਰੂ ਮੇਰੀ ਦੋਵੇਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਵਿੱਚ ਛੜਦਾਸ ਜੇਕਰ ਮੈਂ ਦੁਨੀਆਂ ਵਿੱਚ ਕੁਝ ਕਰਨ ਆਇਆ ਹਾਂ ਉਹ ਮੈਂ ਨਹੀਂ ਨਾ ਕੀਤਾ ਤੇ ਇਸ ਗੱਲ ਦਾ ਬੁਲੇਖਾ ਮੈਨੂੰ ਬਿਲਕੁਲ ਮਨ ਵਿੱਚ ਕੱਢ ਦੇਣਾ ਚਾਹੀਦਾ ਹੈ ਕਿ ਮੇਰੇ ਕੋਲ ਪੂਛ ਪੜਤਾਲ ਨਹੀਂ ਹੋਣੀ ਦੁਨੀਆਂ ਦੇ ਹਰ ਪ੍ਰਾਣੀ ਮਾਤਰ ਕੋਲ ਗੁਰਬਾਣੀ ਦੇ ਮੁਤਾਬਕ ਇਸ ਗੱਲ ਦੀ ਪੂਛ ਪੜਤਾਲ ਹੋਵੇਗੀ ਕਿ ਦੁਨੀਆਂ ਵਿੱਚ ਤੂੰ ਕੀ ਕੁਝ ਕਰਨ ਵਾਸਿਗੇ ਅਸੀਂ ਤੇ ਉਹ ਕੁਝ ਕੀਤਾ ਕਿ ਨਹੀਂ ਕਿਉਂਕਿ ਗੱਲ ਇਹੀ ਹੈ ਕੀ ਗਿਆ ਤੈਂ ਖਟਿਆ ਕਹਾਂ ਗਵਾਇਆ ਜਿਸ ਵੇਲੇ ਮਨੁੱਖ ਨੂੰ ਗੁਰਮੁਖ ਹੋ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕਦਮ ਕਦਮ ਤੇ ਡਰਦਾ ਹੈ ਬੜਾ ਸੋਚ ਵਿਚਾਰ ਕੇ ਚੱਲਦਾ ਹੈ ਹੁਣ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹੈ ਵਾਹਿਗੁਰੂ ਮੇਰੇ ਕੋਲ ਕੋਈ ਐਸਾ ਕਰਮ ਨਾ ਹੋਵੇ ਮੇਰੇ ਕੋਲ ਕੋਈ ਐਸੀ ਭੁੱਲ ਨਾ ਹੋ ਜਾਏ ਵੇਖੋ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਨਾ ਕਿੰਨੀ ਪਿਆਰੀ ਅਰਦਾਸ ਹੈ ਕਿ ਜੋ ਤੂੰ ਬਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਹੈ ਵਾਹਿਗੁਰੂ ਤੁਸੀਂ ਹਮੇਸ਼ਾ ਸਲਾਮਤ ਹੋ ਤੁਸੀਂ ਤਾਂ ਇੱਥੇ ਵੀ ਵੇਖ ਰਹੇ ਹੋ ਤੇ ਅਕਾਲ ਪੁਰਖ ਦੇ ਦਰਬਾਰ ਵਿੱਚ ਵੀ ਤੁਸੀਂ ਮੈਨੂੰ ਆਪਣੇ ਚਰਨਾਂ ਵਿੱਚ ਵੀ ਵੇਖੋਗੇ ਕਿਉਂਕਿ ਹਮੇਸ਼ਾ ਇਨਸਾਨ ਉਸ ਵੇਲੇ ਹੀ ਭੁੱਲ ਕਰਨ ਦੀ ਕੋਸ਼ਿਸ਼ ਕਰਦਾ ਜਿਸ ਵੇਲੇ ਉਹਨੂੰ ਅਹਿਸਾਸ ਹੋ ਜਾਏ ਕਿ ਰਬ ਮੈਨੂੰ ਹੁਣ ਨਹੀਂ ਵੇਖ ਰਿਹਾ ਸੋ ਸਾਧ ਸੰਗਤ ਅਸੀਂ ਆਪਣੇ ਵਿਸੇ ਨੂੰ ਗੁਰਬਾਣੀ ਦੀ ਵਿਚਾਰ ਤੋਂ ਵੱਖ ਲੈ ਕੇ ਨਹੀਂ ਜਾਣਾ ਦੁਨੀਆਂ ਵੀ ਕਹਾਣੀਆਂ ਪਾਣ ਦਾ ਟਾਈਮ ਅੱਜਕੱਲ ਬਿਲਕੁਲ ਕਿਸੇ ਕੋਲ ਨਹੀਂ ਹੁੰਦਾ ਸੋ ਗੁਰਬਾਣੀ ਵਿੱਚ ਕੀ ਕਿਹਾਏ ਕੀ ਮਨੁੱਖ ਨਾ ਭੁੱਲੇ ਬਿਲਕੁਲ ਇਸ ਗੱਲ ਨੂੰ ਨਾ ਵਿਚਾਰਨੀ ਜਦੋਂ ਵਾਹਿਗੁਰੂ ਦੇ ਦਰਬਾਰ ਵਿੱਚ ਜਾਵੇਂਗਾ ਸਭ ਤੋਂ ਪਹਿਲਾਂ ਤੇਰੇ ਕੋਲ ਇਹੀ ਸਵਾਲ ਹੋਵੇਗਾ ਤੂੰ ਦੁਨੀਆਂ 'ਵੀ ਕੀ ਕੁਝ ਕਰਕੇ ਆਇਆ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਵਿਚਾਰ ਬਖਸ਼ਿਸ਼ ਕੀਤੀ ਕਿ ਕਰਨੋ ਹੋਤੋ ਸੋ ਨਾ ਕੀਓ ਪਰ ਉਹ ਲੋਭ ਕੈ ਫੰਦ ਨਾਨਕ ਸਮਯੋਂ ਰਮ ਗयो ਆਪ ਕਿਉਂ ਰੋਵਤ ਅੰਧ ਕਿਉਂਕਿ ਤੁਸੀਂ ਅਕਸਰ ਐਸੇ ਲੋਕ ਵੇਖੇ ਹੋਣਗੇ ਔਰ ਆਮ ਐਸੇ ਲੋਕ ਸਮਾਜ ਵਿੱਚ ਮਿਲ ਜਾਣਗੇ ਕਿਉਂਕਿ ਵੇਖੋ ਮੈਂ ਫਿਰ ਬੇਨਤੀ ਹੱਥ ਜੋੜ ਕੇ ਇਹੀ ਕਰਾਂ ਦੁਨੀਆ ਵਿੱਚ ਕਦੇ ਵੀ ਮਨੁੱਖ ਨੂੰ ਨਹੀਂ ਭੁੱਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਦੀ ਵਿਚਾਰ ਦੁਨੀਆ ਦੇ ਵਿੱਚ ਜਗਤ ਪਰਸਾਂ ਦੀ ਗੱਲ ਹੈ ਕੀ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਾਏ ਆਪਣੀ ਅੱਖਾਂ ਦੇ ਨਾਲ ਵੀ ਐਸੇ ਸੈਂਕੜੇ ਲੋਕ ਵੇਖੇ ਹਨ ਤੁਸੀਂ ਵੀ ਇਸ ਗੱਲ ਨੂੰ ਸਮਝਦੇ ਹੋ ਇਨਸਾਨ ਦੀ ਹਾਲਤ ਪਛਤਾਵੇ ਦੇ ਵਿੱਚ ਐਸੀ ਗੁਜੜਦੀ ਹੈ ਕਿ ਨਾ ਰੋਂਦਾ ਹੈ ਔਰ ਕਿਵੇਂ ਰੋਂਦਾ ਹੈ ਹਉ ਵੀ ਵੰਜਾ ਡੁੰਮਣੀ ਰੋਵਾ ਢੀਣੀ ਬਾਣ ਜਿਸ ਤਰ੍ਹਾਂ ਅਸੀਂ ਪੜਦੇ ਨਾ ਕਿ ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾਨ ਤੇ ਹੌ ਵੀ ਵੰਜਾ ਡੂਮਣੀ ਰੋਮਾ ਝੀਣੀ ਬਾਣ ਝੀਣੀ ਬਾਣ ਦਾ ਅਰਥ ਹੁੰਦਾ ਕਿ ਮਾ ਰੋਮਾ ਪਰ ਕਿਸੇ ਨੂੰ ਮੇਰੇ ਰੋਣ ਦੀ ਆਵਾਜ਼ ਨਾ ਜਾਵੇ ਜਿਸ ਵੇਲੇ ਬੰਦਾ ਬਹੁਤ ਦੁਖੀ ਹੁੰਦਾ ਹੈ ਨਾ ਉਸ ਵੇਲੇ ਕਈ ਵਾਰੀ ਉਹਦਾ ਰੋਣ ਨੂੰ ਵੀ ਮਨ ਕਰਦਾ ਹੈ ਤੇ ਉਹ ਕਹਿੰਦਾ ਕਿ ਮੇਰੇ ਰੋਣ ਦੀ ਵੀ ਆਵਾਜ਼ ਕੋਈ ਸੁਣ ਨਾ ਲਵੇ ਸੋ ਸਾਧ ਸੰਗਤ ਜ਼ਰੂਰ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਠੀਕ ਹੈ ਸਮਾਜ ਵਿੱਚ ਰਹਿਣਾ ਹੈ ਪਰਿਵਾਰ ਵਿੱਚ ਰਹਿਣਾ ਦੁਨੀਆ ਵੀ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਹਨ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਸਤਗੁਰੂ ਜੀ ਦੇ ਚੜਨਾ ਵੀ ਚੜਦਾਸ ਕਰਨੀ ਦੀਨ ਦੁਨੀਆ ਦੇ ਮਾਲਕਾ ਸਾਨੂੰ ਅਸੀਸਾਂ ਦਿਓ ਇਹ ਗੱਲ ਕਦੇ ਵੀ ਨਾ ਭੁੱਲੇ ਕਿ ਕਰਨੋਂ ਹੋ ਤੋ ਸੁ ਨਾ ਕੀਓ ਪਰ ਉਹ ਲੋਭ ਕੇ ਫੰਦ ਨਾਨਕ ਸਮਯੋਂ ਰੰਗ ਗਇਓ ਆਬ ਕਿਉਂ ਰੋਵਤ ਅੰਧ